ਮੇਰਾ ਪੰਜਾਬ ਚੈਨਲ ਦੇਖਦੇ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਹੈ ਜਿਹੜੇ ਵੀ ਕਿਸਾਨ ਵੀਰ ਇਸ ਚੈਨਲ ਤੇ ਨਵੇਂ ਆਏ ਨੇ ਉਹ ਇਸ ਚੈਨਲ ਨੂੰ ਕਰ ਦੋ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦੇ ਬਟਨ ਤੇ ਕਰ ਦੋ ਕਲਿੱਕ ਤਾਂ ਜੋ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਨੋਟੀਫਿਕੇਸ਼ਨ ਵੇਖਣ ਨੂੰ ਮਿਲ ਸਕੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਲਈ ਐਮਐਸ 985 ਕੰਬਾਈਨ ਇਹ ਕੰਬਾਈਨ ਵਕਾਊ ਆ ਜੀ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ 2021 ਮਾਡਲ ਹੈ ਡਿਸਪੋਜ਼ਲ ਇੰਜਣ ਰੱਖਿਆ ਹੋਇਆ ਹੈ ਏਰੀਆ ਨਾਬਾ ਜੋ ਇਸ ਕੰਬਾਈਨ ਦੀ ਜੋ ਡਿਮਾਂਡ ਹੈ ਮਾਲਕ ਵੀਰਾਂ ਦੇ ਵੱਲੋਂ 13 ਲੱਖ 75 ਹਜ਼ਾਰ ਰੱਖਿਆ ਗਿਆ ਹੈ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਜੇਕਰ ਕੋਈ ਵੀ ਕਿਸਾਨ ਵੀਰ ਇਸ ਕੰਬਾਈਨ ਨੂੰ ਖਰੀਦਣਾ ਚਾਹੁੰਦਾ ਹੈ ਜੋ ਮਾਲਕ ਵੀਰਾਂ ਦਾ ਕੰਟੈਕਟ ਨੰਬਰ ਹੈ ਸਕਰੀਨ ਦੇ ਉੱਪਰ ਚੱਲ ਰਿਹਾਗਾ ਮਾਲਕ ਵੀਰਾਂ ਦੇ ਨਾਲ ਗੱਲਬਾਤ ਕਰਕੇ ਇਸ ਕੰਬੈਨ ਨੂੰ ਖਰੀਦ ਸਕਦਾ ਹੈ ਇਸ ਤੋਂ ਬਾਅਦ ਆਇਆ ਜੀ ਤੂੜੀ ਵਾਲਾ ਰੀਪਰ ਇਹ ਤੂੜੀ ਵਾਲਾ ਰੀਪਰ ਬਕਾਊ ਆ ਜੀ ਦਸ਼ਮੇਸ਼ ਅਮਰਗੜ ਵਾਲਿਆਂ ਦਾ ਬਣਿਆ ਹੋਇਆ ਹੈ 2013 ਮਾਡਲ ਹੈ ਬਾਕੀ ਤੁਸੀਂ ਇਹਦੀ ਜੋ ਕੰਡੀਸ਼ਨ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਬਹੁਤ ਹੀ ਵਧੀਆ ਕੰਡੀਸ਼ਨ ਦੇ ਵਿੱਚ ਹੈ ਜੋ ਵੀ ਇਸ ਮਾਲਕ ਵੀਰ ਵੱਲੋਂ ਡਿਮਾਂਡ ਰੱਖੀ ਗਈ ਹੈ 1 ਲੱਖ 40 ਹਜ਼ਾਰ ਰੱਖੀ ਗਈ ਹੈ ਮੌਕੇ ਤੇ ਮਾਨਤਾਣ ਹੋ ਜੂਗਾ ਜੇਕਰ ਕੋਈ ਵੀ ਕਿਸਾਨ ਵੀਰ ਇਸ ਰੀਪਰ ਨੂੰ ਖਰੀਦਣਾ ਚਾਹੁੰਦਾ ਹੈ ਮਾਲਕ ਵੀਰਾਂ ਦਾ ਜੋ ਕੰਟੈਕਟ ਨੰਬਰ ਹੈ ਸਕਰੀਨ ਦੇ ਉੱਪਰ ਚੱਲ ਰਿਹਾਗਾ ਮਾਲਕ ਵੀਰਾਂ ਦੇ ਨਾਲ ਗੱਲਬਾਤ ਕਰਕੇ ਇਸ ਰੀਪਰ ਨੂੰ ਖਰੀਦ ਸਕਦਾ ਹੈ ਜੋ ਏਰੀਆ ਹੈ ਮਾਲਕ ਵੀਰਾਂ ਦਾ ਰਾਏਕੋੜ ਹੈ ਡਿਸਟ੍ਰਿਕਟ ਲੁਧਿਆਣਾ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰੋ ਨਾਲ ਹੀ ਆਪਣੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਬੈਲ ਆਈਕਨ ਦੇ ਬਟਨ ਤੇ ਕਰ ਦੋ ਕਲਿੱਕ ਤਾਂ ਜੋ ਤੁਹਾਨੂੰ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਵੇਖਣ ਨੂੰ ਮਿਲ ਸਕੇ ਜੇਕਰ ਤੁਸੀਂ ਵੀ ਆਪਣੇ ਸਾਧਨ ਦੀ ਐਡ ਲਵਾਉਣਾ ਚਾਹੁੰਦੇ ਹੋ 5 ਤੋਂ 7 ਫੋਟੋਆਂ ਸਮੇਤ ਜਾਣਕਾਰੀ ਭੇਜ ਕੇ ਆਪਣੇ ਸਾਧਨ ਦੀ ਐਡ ਲਵਾ ਸਕਦੇ ਹੋ ਧੰਨਵਾਦ ਜੀ